ਅੱਜ ਦੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ ਕਿਸਾਨ ਦੋਸਤੋ ਬਹੁਤ ਹੀ ਕਹਿਮ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਕਿਸਾਨਾਂ ਦੀ ਸੇਵਾ ਵਿੱਚ ਕਿਸਾਨ ਮੇਲੇ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਜਸਕਰਨ ਸਿੰਘ ਮਾਹਲ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਇਹ ਸਾਡੇ ਸਿੱਧੇ ਪ੍ਰੋਗਰਾਮ ਵਿੱਚ ਕਿਸਾਨ ਦੋਸਤੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡੇ ਫੋਨ ਨੰਬਰ ਇਸ ਤਰ੍ਹਾਂ ਹਨ 0181-281-4261 0181-281-4264 ਤੇ ਸਾਡੇ ਨਾਲ ਰਾਬਤਾ ਕਾਇਮ ਕਰੋ ਇਸ ਵਿਸ਼ੇ ਮੁਤਾਬਕ ਕਿਸੇ ਪ੍ਰਕਾਰ ਦਾ ਤੁਹਾਡਾ ਸੁਝਾਉ ਹੋਵੇ ਸਵਾਲ ਹੋਵੇ ਤਾਂ ਜ਼ਰੂਰ ਸਾਡੇ ਨਾਲ ਜੁੜੋ ਸੋ ਇਹ ਸਾਡੇ ਸਿੱਧੇ ਪ੍ਰੋਗਰਾਮ ਵਿੱਚ ਇਸ ਪ੍ਰੋਗਰਾਮ ਦਾ ਪੂਰਾ ਪੂਰਾ ਫਾਇਦਾ ਲਓ ਸੋ ਡਾਕਟਰ ਮਾਹਲ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਸਭ ਤੋਂ ਪਹਿਲਾਂ ਜਿਵੇਂ ਕਿ ਪੰਜਾਬ ਦੇ ਵਿੱਚ ਬਹੁਤ ਮੇਲੇ ਲੱਗਦੇ ਨੇ ਜਿਨ੍ਹਾਂ ਮੇਲਿਆਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਢਾਡੀ ਲੱਗੇ ਹੁੰਦੇ ਨੇ ਕਿਤੇ ਕੋਈ ਹੋਰ ਪ੍ਰੋਗਰਾਮ ਚੱਲ ਰਿਹਾ ਹੁੰਦਾ ਅਤੇ ਇਹ ਜਿਹੜਾ ਮੇਲਾ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਯੋਜਿਤ ਕਰਨ ਜਾ ਰਹੇ ਹੋ ਇਸ ਦਾ ਮੁੱਖ ਉਦੇਸ਼ ਕੀ ਹੈ ਅਤੇ ਤੁਸੀਂ ਕਿਸ ਤਰੀਕੇ ਦੇ ਨਾਲ ਬਾਕੀ ਮੇਲਿਆਂ ਨਾਲੋਂ ਇਹਨੂੰ ਵੱਖਰਾ ਸਮਝਦੇ ਹੋ ਦੇਖੋ ਰਿਆੜ ਸਾਹਿਬ ਤੁਸੀਂ ਬੜੀ ਵਧੀਆ ਗੱਲ ਆਖੀ ਆ ਕਿ ਮੇਲੇ ਪੰਜਾਬ 'ਚ ਬੜੇ ਲੱਗਦੇ ਨੇ ਸੱਭਿਆਚਾਰਕ ਮੇਲੇ ਲੱਗਦੇ ਨੇ ਖੇਡ ਮੇਲੇ ਲੱਗਦੇ ਨੇ ਪਰੰਤੂ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੇਲੇ ਨੇ ਇਹ ਕਿਸਾਨੀ ਦੇ ਮੇਲੇ ਨੇ ਕਿਸਾਨਾਂ ਦੇ ਮੇਲੇ ਨੇ ਵਿਗਿਆਨ ਦੇ ਮੇਲੇ ਨੇ ਇੱਥੇ ਵਿਗਿਆਨੀਆਂ ਦੀਆਂ ਅਤੇ ਕਿਸਾਨਾਂ ਦੀਆਂ ਸਿੱਧੀਆਂ ਮਿਲਣੀਆਂ ਹੁੰਦੀਆਂ ਨੇ ਅਤੇ ਇਸ ਕਰਕੇ ਇਹ ਮੇਲਾ ਜਿਹੜੇ ਸੱਭਿਆਚਾਰਕ ਜਾਂ ਸਾਡੇ ਖੇਡ ਮੇਲੇ ਨੇ ਉਹਨਾਂ ਤੋਂ ਇਹ ਵੱਖਰਾ ਅਤੇ ਇਹਦੇ ਵਿੱਚ ਖੇਤੀ ਸੰਬੰਧੀ ਜੋ ਇਸ ਸਮੇਂ ਦੀਆਂ ਜ਼ਰੂਰਤਾਂ ਨੇ ਉਹਨਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਦੋ ਦਿਨ ਕਿਸਾਨ ਆ ਕੇ ਇਹਨਾਂ ਮੇਲੇ ਦੇ ਵਿੱਚ ਲੁਧਿਆਣੇ ਵਿਖੇ ਜਾਂ ਜਿਹੜੇ ਅਸੀਂ ਖੇਤਰੀ ਮੇਲੇ ਵੀ ਲਾਉਣੇ ਹੈਗੇ ਆ ਸਤੰਬਰ ਦੇ ਮਹੀਨੇ ਉਹਨਾਂ ਦੇ ਵਿੱਚ ਆ ਕੇ ਫਸਲਾਂ ਸੰਬੰਧੀ ਭਰਪੂਰ ਜਾਣਕਾਰੀ ਲੈ ਸਕਦੇ ਨੇ ਸੋ ਡਾਕਟਰ ਸਾਹਿਬ ਬਹੁਤ ਵਧੀਆ ਗੱਲ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ 11-12 ਲੱਖ ਲੋਕ ਜਿਹੜੇ ਨੇ ਉਹ ਖੇਤੀਬਾੜੀ ਨਾਲ ਜੁੜੇ ਹੋਏ ਨੇ ਔਰ ਤੁਸੀਂ ਉਹਨਾਂ ਨੂੰ ਲਾਮਬੰਦ ਕਰਕੇ ਉਹਨਾਂ ਦੀ ਖੇਤੀ ਉਤਪਾਦਨ ਅਤੇ ਉਹਨਾਂ ਦੀ ਪ੍ਰੋਟੈਕਸ਼ਨ ਔਰ ਮੰਡੀਕਰਨ ਬਾਰੇ ਸਾਰੀ ਜਾਣਕਾਰੀ ਜਿਹੜੀ ਉਸ ਮੇਲਿਆਂ ਦੇ ਵਿੱਚ ਦਿੰਦੇ ਹੋਵੋਗੇ ਸੋ ਇਹ ਜਿਹੜੇ ਕਿਸਾਨ ਮੇਲੇ ਨੇ ਇਕੱਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੀ ਤੁਸੀਂ ਆਯੋਜਿਤ ਕਰਨ ਜਾ ਰਹੇ ਹੋ ਜਾਂ ਕਿਵੇਂ ਕਿਉਂ ਪੰਜਾਬ ਤਾਂ ਤਕਰੀਬਨ 4 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਵਾ ਜਿਹਨੂੰ ਆਪਾਂ ਮਾਝਾ ਮਾਲਵਾ ਦੁਆਬਾ ਵੀ ਕਹਿ ਦਿੰਦੇ ਹਾਂ ਔਰ ਨਾਰਥ ਉੱਤਰ ਦੱਖਣ ਵਾਲਾ ਵੀ ਕਹਿ ਦਿੰਦੇ ਹਾਂ ਸੋ ਕਿੱਥੇ ਕਿੱਥੇ ਔਰ ਕਦੋਂ ਕਦੋਂ ਮੇਲੇ ਜਿਹੜੇ ਆ ਤੁਸੀਂ ਆਯੋਜਿਤ ਕਰਨ ਜਾ ਰਹੇ ਹੋ ਕਿਉਂਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਬੜੇ ਤਤਪਰ ਰਹਿੰਦੇ ਨੇ ਕਿ ਕਿਸਾਨ ਮੇਲਿਆਂ ਦੇ ਵਿੱਚ ਹਾਜ਼ਰ ਹੋਈਏ ਜੀ ਰਿਆੜ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਪਸਾਰ ਦਾ ਮਹਿਕਮਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਮੌਜੂਦ ਹੈ ਅਤੇ ਇਹ ਜਿਹੜੀ ਸਤੰਬਰ ਦੇ ਮੇਲੇ ਨੇ ਇਸ ਲੜੀ ਦੇ ਵਿੱਚ ਅਸੀਂ 7 ਮੇਲੇ ਜਿਹੜੇ ਹੈਗੇ ਆ ਉਹ ਆਯੋਜਿਤ ਕਰਦੇ ਹਾਂ ਜਿਹੜਾ ਵੱਡਾ ਮੇਲਾ ਹੈ ਮੁੱਖ ਮੇਲਾ ਉਹ ਲੁਧਿਆਣੇ ਵਿਖੇ ਲਾਇਆ ਜਾਂਦਾ ਉਹ 2 ਦਿਨ ਦਾ ਹੁੰਦਾ ਬਾਕੀ ਦੇ 6 ਮੇਲੇ ਅਸੀਂ ਖੇਤਰੀ ਖੋਜ ਕੇਂਦਰ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਲਾਉਂਦੇ ਹਾਂ ਤਾਂ ਕਿ ਕਿਉਂਕਿ ਸਾਰੇ ਕਿਸਾਨਾਂ ਨੂੰ ਲੁਧਿਆਣੇ ਆਉਣ ਦੇ ਵਿੱਚ ਮੁਸ਼ਕਲ ਹੋ ਸਕਦੀ ਆ ਅਤੇ ਉਹਨਾਂ ਦੇ ਇਹ ਕਹਿ ਲਓ ਕਿ ਘਰ ਜਾ ਕੇ ਅਸੀਂ ਮੇਲਾ ਲਾਉਣ ਵਾਲੀ ਗੱਲ ਦੀ ਕੋਸ਼ਿਸ਼ ਕਰਦੇ ਹਾਂ ਬਿਲਕੁਲ ਤੋ ਇੱਕ ਵੱਡਾ ਮੇਲਾ ਲੁਧਿਆਣੇ ਅਤੇ 6 ਜਿਹੜੇ ਹੈਗੇ ਨੇ ਮੇਲੇ ਉਹ ਅਸੀਂ ਖੇਤਰੀ ਕੇਂਦਰਾਂ ਦੇ ਵਿੱਚ ਲਗਾਵਾਂਗੇ ਸਤੰਬਰ ਦੇ ਮਹੀਨੇ ਸੋ ਡਾਕਟਰ ਸਾਹਿਬ ਗੱਲ ਇਹ ਹੈ ਕਿ ਹਰ ਕਿਸਾਨ ਇਸ ਚੀਜ਼ ਨੂੰ ਵੀ ਉਡੀਕ ਰਿਹਾ ਵੀ ਕਿਹੜੀਆਂ ਕਿਹੜੀਆਂ ਤਰੀਕਾਂ ਜਿਹੜੀਆਂ ਨੇ ਵਿਸ਼ੇਸ਼ ਤੌਰ 'ਤੇ ਤੁਸੀਂ ਕਿਹੜੀਆਂ ਕਿਹੜੀਆਂ ਤਰੀਕਾਂ ਨੂੰ ਇਹ ਮੇਲਾ ਲਾ ਰਹੇ ਕਿਉਂਕਿ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ 'ਚ ਮੇਲਾ ਲੱਗਦਾ ਹੈ ਮੈਂ ਸਮਝਣਾ ਵੀ ਉਹ ਬੜਾ ਵੱਡਾ ਮੇਲਾ ਹੁੰਦਾ ਔਰ ਉਹਦੇ ਵਿੱਚ ਤਕਰੀਬਨ ਤੁਸੀਂ ਜਿਵੇਂ ਗੱਲ ਕੀਤੀ ਸੀ ਕਿ 1-2 ਲੱਖ ਬੰਦਾ ਜਿਹੜਾ ਵਾ ਉਹਦੇ ਵਿੱਚ ਤਕਰੀਬਨ ਆ ਜਾਂਦਾ ਸੋ ਜੇ ਤੁਸੀਂ ਸਾਡੇ ਕਿਸਾਨ ਭਰਾਵਾਂ ਨੂੰ ਇਹ ਤਰੀਕਾ ਦੱਸ ਦਿਓ ਕਿ ਕਿੱਥੇ ਕਦੋਂ ਮੇਲਾ ਲੱਗ ਰਿਹਾ ਤਾਂ ਕਿ ਕਿਸਾਨ ਭਰਾ ਇਹਨਾਂ ਚੀਜ਼ਾਂ ਦਾ ਨਾ ਪੂਰਾ ਪੂਰਾ ਫਾਇਦਾ ਲੈ ਸਕਣ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰੂੰਗਾ ਅਤੇ ਕਾਪੀ ਅਤੇ ਪੈੱਨ ਦਾ ਇੰਤਜ਼ਾਮ ਕਰ ਲੈਣਾ ਮੈਂ ਤਰੀਕਾ ਬੋਲਦਾ ਫਿਰ ਦੁਬਾਰਾ ਦੱਸ ਦਾਂਗਾ ਤਾਂ ਕਿ ਕਿਸਾਨ ਇਹਨਾਂ ਮੇਲਿਆਂ ਦਾ ਭਰਪੂਰ ਫਾਇਦਾ ਉਠਾ ਸਕਣ ਕਿਉਂਕਿ ਸਤੰਬਰ ਦੇ ਮਹੀਨੇ ਦੇ ਵਿੱਚ ਅਸੀਂ ਮੇਲੇ ਲਾਉਣੇ ਹਾਂ ਵਾਢੀ ਝੋਨੇ ਦੀ ਵਾਢੀ ਤੋਂ ਪਹਿਲਾਂ ਅਤੇ ਜਿਹੜਾ ਪਹਿਲੇ 2 ਮੇਲੇ ਅਸੀਂ ਲਾ ਰਹੇ ਹਾਂ ਉਹ 10 ਸਤੰਬਰ ਨੂੰ ਲਾਏ ਜਾ ਰਹੇ ਆ ਜਿਹੜਾ ਖੇਤਰੀ ਖੋਜ ਕੇਂਦਰ ਕੰਢੀ ਵਿਖੇ ਸਾਡਾ ਬੱਲੋਵਾਲ ਸੌਂਕੜੀ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ ਹੈ ਅਤੇ ਉਸੇ ਦਿਨ 10 ਸਤੰਬਰ ਨੂੰ ਦੂਸਰਾ ਮੇਲਾ ਨਾਗ ਕਲਾਂ ਜਹਾਂਗੀਰ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਉੱਥੇ ਲਾਇਆ ਜਾ ਰਿਹਾ ਹੈ ਇਸ ਤੋਂ ਬਾਅਦ 13 ਸਤੰਬਰ ਨੂੰ ਦੂਸਰਾ ਮੇਲਾ ਜਿਹੜਾ ਹੈਗਾ ਉਹ ਰੌਣੀ ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਜੋ ਜ਼ਿਲ੍ਹਾ ਪਟਿਆਲਾ ਦੇ ਵਿੱਚ ਹੈ ਅਤੇ 2 ਮੇਲੇ ਫਿਰ 17 ਸਤੰਬਰ ਨੂੰ ਅਸੀਂ ਲਗਾਵਾਂਗੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਅਤੇ ਉਸੇ ਦਿਨ ਖੇਤਰੀ ਖੋਜ ਕੇਂਦਰ
ਫਰੀਦਕੋਟ ਵਿਖੇ ਅਤੇ 20 ਅਤੇ 21 ਜਿਹੜਾ ਸਤੰਬਰ ਆ ਉਹਨੂੰ ਵੱਡਾ ਮੇਲਾ ਜਿਹੜਾ ਹੈ ਉਹ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿਖੇ ਲਾਉਣਾ ਹੈ ਅਤੇ ਆਖਰੀ ਮੇਲਾ ਇਸ ਲੜੀ ਦਾ ਉਹ ਲਾਇਆ ਜਾ ਰਿਹਾ ਹੈ 27 ਸਤੰਬਰ ਨੂੰ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਵਿਖੇ। ਸੋ ਜਿਵੇਂ ਕਿ ਡਾਕਟਰ ਸਾਹਿਬ ਆਪਾਂ ਗੱਲ ਕੀਤੀ ਹੈ ਕਿ 20 ਅਤੇ 21 ਤਰੀਕ ਨੂੰ ਤੁਸੀਂ ਲੁਧਿਆਣੇ ਕਿਸਾਨ ਮੇਲਾ ਲਾਉਣ ਜਾ ਰਹੇ ਹੋ ਔਰ ਇਸ ਮੇਲੇ ਤੋਂ ਬਾਅਦ ਮੈਂ ਸਮਝਣਾ ਜਿਹੜਾ ਅਖੀਰਲਾ ਮੇਲਾ ਹੈ ਉਹ ਤੁਸੀਂ ਬਠਿੰਡੇ ਲਗਾਉਂਦੇ ਹੋ। ਹਾਂ 26 ਸਤੰਬਰ ਨੂੰ। ਹਾਂ ਸੋ ਉਹ ਤੁਸੀਂ 26 ਸਤੰਬਰ ਨੂੰ ਉਹ ਕਿਸਾਨ ਮੇਲਾ ਉੱਥੇ ਆਯੋਜਿਤ ਕਰਨ ਜਾ ਰਹੇ ਹੋ। ਸੋ ਕਿਸਾਨ ਭਰਾਵੋ ਅਸੀਂ ਸਮਝਦੇ ਹਾਂ ਕਿ ਤੁਸੀਂ ਇਹਨਾਂ ਮੇਲਿਆਂ ਦਾ ਪੂਰਾ ਪੂਰਾ ਆਪਣੇ ਖੇਤਰੀ ਖੋਜ ਕੇਂਦਰਾਂ ਦੇ ਵਿੱਚ ਔਰ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਜਿਹੜੇ ਮੇਲੇ ਲੱਗ ਰਹੇ ਨੇ ਉਹਦਾ ਭਰਪੂਰ ਫਾਇਦਾ ਜਿਹੜਾ ਉਹ ਲੈ ਸਕੋਗੇ ਔਰ ਖੇਤੀ ਉਤਪਾਦਨ ਅਤੇ ਮੰਡੀਕਰਨ ਦੀਆਂ ਤਕਨੀਕਾਂ ਜਿਹੜੀਆਂ ਉੱਥੋਂ ਸਿੱਖ ਸਕੋਗੇ। ਸੋ ਡਾਕਟਰ ਸਾਹਿਬ ਗੱਲ ਆਉਂਦੀ ਹੈ ਕਿ ਇਹਨਾਂ ਮੇਲਿਆਂ ਦੇ ਵਿੱਚ ਆਪਾਂ ਕਿਹੜੀਆਂ ਕਿਹੜੀਆਂ ਸਹੂਲਤਾਂ ਵਿਸ਼ੇਸ਼ ਤੌਰ 'ਤੇ ਸਾਡੇ ਕਿਸਾਨ ਭਰਾਵਾਂ ਵਾਸਤੇ ਆਯੋਜਿਤ ਕਰਦੇ ਹਾਂ ਕਿਉਂਕਿ ਮੇਲਾ ਬਹੁਤ ਵੱਡਾ ਹੁੰਦਾ ਵਾ ਅਤੇ ਖੇਤੀਬਾੜੀ ਵੀ ਆਪਣੀ ਕਾਫੀ ਵੱਡੀ ਹੋ ਗਈ ਹੈ। ਸੋ ਉਹਦੇ ਬਾਰੇ ਸਾਡੇ ਕਿਸਾਨ ਭਰਾਵਾਂ ਨੂੰ ਜ਼ਰੂਰ ਜਾਣਕਾਰੀ ਜਿਹੜੀ ਆ ਉਹ ਇਹਨਾਂ ਨਾਲ ਸਾਂਝੀ ਕਰਦੇ। ਹਾੜੀ ਦੇ ਮੌਸਮ ਦੇ ਵਿੱਚ ਜਿਹੜੀਆਂ ਹੁਣ ਅੱਗੇ ਫਸਲਾਂ ਦੀ ਬਿਜਾਈ ਹੋਣੀ ਆ ਸਰਦ ਰੁੱਤ ਦੇ ਵਿੱਚ ਉਹਦੇ ਬਾਰੇ ਚਾਹੇ ਉਹ ਸਾਡੀਆਂ ਆਮ ਫਸਲਾਂ ਨੇ ਚਾਹੇ ਉਹ ਬਾਗਬਾਨੀ ਨਾਲ ਸੰਬੰਧਿਤ ਫਸਲਾਂ ਨੇ ਸਬਜ਼ੀਆਂ ਨੇ ਫਲ ਨੇ ਖੇਤੀ ਸੰਬੰਧੀ ਜੋ ਜਾਣਕਾਰੀ ਰਿਆੜ ਸਾਹਿਬ ਤੁਸੀਂ ਸੋਚ ਸਕਦੇ ਹੋ ਉਹ ਹਰ ਤਰੀਕੇ ਦੀ ਜਾਣਕਾਰੀ ਜਿਹੜੀ ਹੈਗੀ ਆ ਇਹਨਾਂ ਮੇਲਿਆਂ ਦੇ ਵਿੱਚ ਦਿੱਤੀ ਜਾਊਗੀ। ਇਸ ਤੋਂ ਇਲਾਵਾ ਜਿਹੜੀਆਂ ਖੇਤੀ ਇਨਪੁੱਟਸ ਨੇ ਜਿਵੇਂ ਬੀਜ ਨੇ ਸਬਜ਼ੀਆਂ ਦੀਆਂ ਕਿੱਟਾਂ ਨੇ ਅਤੇ ਜਿਹੜੇ ਫਲਦਾਰ ਬੂਟੇ ਹੈਗੇ ਨੇ ਉਹਨਾਂ ਦੀ ਨਰਸਰੀ ਆ ਜਾਂ ਰੁੱਖਾਂ ਦੇ ਪੌਦੇ ਜਿਹੜੇ ਹੈਗੇ ਆ ਉਹਨਾਂ ਦੀ ਵਿਕਰੀ ਕੀਤੀ ਦਿੱਤੀ ਜਾਊਗੀ ਤਾਂ ਕਿਸਾਨ ਉਹਨਾਂ ਮੇਲਿਆਂ ਦੇ ਵਿੱਚ ਖਰੀਦ ਸਕਦੇ ਨੇ। ਜਿਹੜਾ ਖੇਤੀ ਲਿਟਰੇਚਰ ਹੈ ਉਹਦੇ ਬਾਰੇ ਉਹ ਜਾਣਕਾਰੀ ਲੈ ਸਕਦੇ ਨੇ। ਗੱਲ ਕਰੋ ਕਿ ਉਸ ਇਹਨਾਂ ਮੇਲਿਆਂ ਦੇ ਵਿੱਚ ਜਿਹੜੇ ਸਾਇੰਸਦਾਨ ਨੇ ਵਿਗਿਆਨੀ ਨੇ ਉਹਨਾਂ ਦੇ ਨਾਲ ਖੁੱਲ੍ਹ ਕੇ ਆਹਮਣੇ ਸਾਹਮਣੇ ਬੈਠ ਕੇ ਉਹ ਹਰ ਵਿਸ਼ੇ 'ਤੇ ਗੱਲ ਕਰ ਸਕਦੇ ਆ ਜਿਹੜਾ ਕਿ ਜਿਹੜੀ ਕਿ ਅੱਜ ਜਾਂ ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਜਿਹਨਾਂ ਦੀ ਕਿਸਾਨਾਂ ਨੂੰ ਜ਼ਰੂਰਤ ਪੈ ਸਕਦੀ ਹੈ। ਸੋ ਖੇਤੀ ਸੰਬੰਧੀ ਹਰ ਜਾਣਕਾਰੀ ਇਹਨਾਂ ਮੇਲਿਆਂ ਦੇ ਵਿੱਚੋਂ ਉਪਲਬਧ ਹੋਊਗੀ। ਸੋ ਬਹੁਤ ਹੀ ਚੰਗੀ ਔਰ ਵਧੀਆ ਗੱਲ ਹੈ ਕਿ ਹਰ ਜਾਣਕਾਰੀ ਜਿਹੜੀ ਆ ਇਹਨਾਂ ਦੇ ਵਿੱਚ ਮਿਲੇਗੀ ਔਰ ਕਿਸਾਨ ਇਸ ਜਾਣਕਾਰੀ ਦਾ ਭਰਪੂਰ ਫਾਇਦਾ ਜਿਹੜਾ ਉਹ ਉਠਾਉਣਗੇ। ਸੋ ਸਾਡੇ ਨਾਲ ਕਿਸਾਨ ਭਰਾ ਜੁੜ ਰਹੇ ਨੇ, ਆਓ ਉਹਨਾਂ ਦਾ ਸਵਾਲ ਲੈਂਦੇ ਹਾਂ। ਹੈਲੋ, ਹੈਲੋ, ਹਾਂ, ਸਵਾਗਤ ਹੈ ਪ੍ਰੋਗਰਾਮ ਵਿੱਚ, ਸਵਾਲ ਕਰੋ ਜੀ। ਮੈਂ ਸ਼ਾਹਪੁਰ ਤੋਂ ਬੋਲਦਾ ਜਗਦੀਸ਼ ਰਾਏ ਕੋਲ ਜੀ। ਸਵਾਗਤ ਹੈ ਜੀ, ਸਵਾਗਤ ਹੈ, ਸਵਾਲ ਕਰੋ ਜੀ। ਕਿਉਂ ਜੀ, ਅਸੀਂ ਜੋ ਮੇਲਿਆਂ ਤੇ ਆਉਂਦੇ ਆ ਨਾ, ਇੱਕ ਤਾਂ ਰਸ਼ ਜ਼ਿਆਦਾ ਪੈਂਦਾ ਹੈਗਾ ਤੁਹਾਡੇ ਕਾਊਂਟਰਾਂ ਉੱਤੇ ਨਾ, ਸਾਨੂੰ ਪੂਰਾ ਮਿਲਦਾ ਨੀ ਮਾਣ। ਤੀਜੇ ਨੰਬਰ ਤੇ ਜਿਹੜੇ ਔਰਗਨਿਕ ਖੇਤੀ ਆ ਨਾ, ਇਹਦਾ ਸਟਾਲ ਬਹੁਤ ਘੱਟ ਹੁੰਦੇ ਆ। ਜਿਹਨਾਂ ਨੇ ਤਰੱਕੀ ਕੀਤੀ ਆ ਉਹ ਬੰਦਿਆਂ ਨੂੰ ਪੇਸ਼ ਕਰੋ। ਦੂਜੇ ਨੰਬਰ ਤੇ ਆਪਣੇ ਜਿਵੇਂ ਆਪਣੀਆਂ ਅੱਕ ਹੈ, ਨਿੰਮ ਹੈ, ਗਲੋ ਹੈ, ਚਰੈਤ ਹੈ, ਖੇਤੀਬਾੜੀ ਦੀਆਂ ਚੀਜ਼ਾਂ ਸਾਡੇ ਖੇਤਾਂ ਦੇ ਵਿੱਚ ਹੈ ਜਿਹਨਾਂ ਦੇ ਬੂਟੀਆਂ ਦਵਾਈਆਂ ਬਣ ਸਕਦੀਆਂ, ਉਹਦੇ ਤੇ ਪ੍ਰਚਾਰ ਬਹੁਤ ਘੱਟ ਕੀਤਾ ਜਾਂਦਾ ਹੈ ਮੇਲਿਆਂ ਉੱਤੇ ਨਾ। ਮੇਰੀ ਇੱਕ ਬੇਨਤੀ ਹੈ ਕਿ ਐਤਕੀ ਨਾ ਮੇਲਿਆਂ ਉੱਤੇ ਇਹਦਾ ਪ੍ਰਚਾਰ ਕੀਤਾ ਜਾਵੇ, ਮਿਹਰਬਾਨੀ ਜੀ। ਸੋ ਰਾਏ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਸੋ ਡਾਕਟਰ ਸਾਹਿਬ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੋ ਰਾਏ ਸਾਹਿਬ ਦੇ ਸਵਾਲ ਪੇਸ਼ ਕੀਤੇ ਇਹਨਾਂ ਨੇ? ਦੇਖੋ ਰਾਏ ਸਾਹਿਬ, ਬੜੀ ਵਧੀਆ ਤੁਸੀਂ ਗੱਲ ਆਖੀ ਆ। ਵਾਕਈ ਮੇਲਿਆਂ ਦੇ ਵਿੱਚ ਰਸ਼ ਬਹੁਤ ਹੁੰਦਾ ਅਤੇ ਮੇਲੇ ਤਾਂ ਫਿਰ ਮੇਲੇ ਹੀ ਹੁੰਦੇ ਨੇ, ਮੇਲਿਆਂ ਦੇ ਵਿੱਚ ਰਸ਼ ਤਾਂ ਹੋਣਾ ਹੀ ਚਾਹੀਦਾ, ਮੇਲੇ ਸੋਹਣੇ ਹੀ ਤਾਂ ਲੱਗਦੇ ਆ, ਅਤੇ ਜੇ ਮੇਲਾ ਸੱਖਣਾ ਜਿਹਾ ਹੋਇਆ ਉਹ ਕਾਹਦਾ ਮੇਲਾ ਹੋਇਆ, ਅਤੇ ਰਸ਼ ਹੁੰਦਾ। ਪਰ ਅਸੀਂ ਫਿਰ ਵੀ ਕੋਸ਼ਿਸ਼ ਕਰਦੇ ਹਾਂ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਕਿਸਾਨ ਨੂੰ ਮੌਕਾ ਮਿਲੇ ਜੋ ਵੀ ਉਸਦੀ ਜ਼ਰੂਰਤ ਆ ਉਹਨੂੰ ਪੂਰਾ ਕਰਨ ਦਾ। ਜਿੱਥੋਂ ਤੱਕ ਤੁਸੀਂ ਜੜੀਆਂ ਬੂਟੀਆਂ ਜਿਹੜੀਆਂ ਦਵਾਈਆਂ ਦੇ ਕੰਮ ਆਉਂਦੀਆਂ ਨੇ ਉਹਨਾਂ ਦੀ ਗੱਲ ਕੀਤੀ ਆ, ਉਹਨਾਂ ਬਾਰੇ ਬਕਾਇਦਾ ਜਾਣਕਾਰੀ ਦਿੱਤੀ ਜਾਂਦੀ ਆ, ਅਤੇ ਉਹਨਾਂ ਦੇ ਛੋਟੇ ਬੂਟੇ ਤੁਸੀਂ ਉੱਥੋਂ ਖਰੀਦ ਵੀ ਸਕਦੇ ਨੇ। ਸਾਡੇ ਸਪੈਸ਼ਲ ਸਟਾਲ ਇਸ ਬਾਰੇ ਲਾਏ ਜਾਂਦੇ ਨੇ, ਜਿਹੜਾ ਸਾਡਾ ਐਗਰੋਨੋਮੀ ਮਹਿਕਮਾ ਹੈ ਉਹਨਾਂ ਦੇ ਨਾਲ ਲੱਗਦੇ ਸਟਾਲ ਹੁੰਦੇ ਨੇ। ਹਰ ਮੇਲੇ 'ਤੇ ਤੁਸੀਂ ਇਹਨਾਂ ਜੜੀ ਬੂਟੀਆਂ ਬਾਰੇ ਜਾਣਕਾਰੀ ਲੈ ਸਕਦੇ ਹੋ, ਅਤੇ ਇਸ ਤੋਂ ਇਲਾਵਾ ਥਾਂ ਥਾਂ ਦੇ ਉੱਤੇ ਸਾਡੇ ਸਟਾਲ ਲੱਗੇ ਹੁੰਦੇ ਨੇ ਜਿਹੜੇ ਕਿ ਆਉਣ ਵਾਲੇ ਕਿਸਾਨਾਂ ਨੂੰ ਜਿਹੜੇ ਆਉਂਦੇ ਨੇ ਮੇਲੇ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਦੱਸਣ ਲਈ ਕਿ ਕਿਹੜਾ ਸਟਾਲ ਕਿੱਥੇ ਆ, ਉਹਨਾਂ ਦੀ ਕੀ ਜ਼ਰੂਰਤ ਆ, ਕਿਹੜੀ ਉਹ ਜ਼ਰੂਰਤ ਕਿੱਥੋਂ ਪੂਰੀ ਕਰ ਸਕਦੇ ਨੇ, ਇਸ ਤਰੀਕੇ ਨਾਲ ਗਾਈਡ ਕੀਤਾ ਜਾਂਦਾ। ਪਰ ਰਸ਼ ਬਹੁਤ ਹੁੰਦਾ ਅਤੇ ਰਸ਼ ਵੈਸੇ ਹੋਣਾ ਵੀ ਚਾਹੀਦਾ। ਸੋ ਬਹੁਤ ਵਧੀਆ ਗੱਲ ਹੈ ਕਿ ਵਾਕਿਆ ਮੇਲਾ ਹੀ ਉਹ ਹੈ ਜਿਹਦੇ ਵਿੱਚ ਬੰਦਾ ਬੰਦੇ 'ਚ ਵੱਜਦਾ ਫਿਰੇ। ਬਿਲਕੁਲ, ਅਤੇ ਵਾਕਈ ਤੁਹਾਡੇ ਪ੍ਰਬੰਧ ਵੀ ਜਿਹੜੇ ਨੇ ਉਹ ਬਹੁਤ ਵਧੀਆ ਔਰ ਤੌਰ ਤਰੀਕੇ ਦੇ ਨਾਲ ਕੀਤੇ ਹੁੰਦੇ ਨੇ। ਸੋ ਡਾਕਟਰ ਸਾਹਿਬ ਗੱਲ ਇਹ ਹੈ ਕਿ ਦੇਖੋ ਸਾਰੇ ਪੰਜਾਬ ਦੇ ਵਿੱਚੋਂ ਕਿਸਾਨ ਆਉਂਦੇ ਨੇ ਅਤੇ ਹਰ ਇੱਕ ਦੀ ਤਮੰਨਾ ਹੁੰਦੀ ਹੈ ਕਿ ਮੈਂ ਨਾ
ਸਾਇੰਸ ਦੇ ਨਾਲ ਸਾਇੰਸਦਾਨ ਦੇ ਨਾਲ ਕੋਈ ਗੱਲਬਾਤ ਕਰਾਂ, ਕਿਉਂਕਿ ਉਹਦੇ ਦਿਲ ਦੇ ਵਿੱਚ ਹੁੰਦਾ ਕੁਛ ਚੀਜ਼ਾਂ ਤਾਂ ਉਹ ਦੇਖ ਲੈਂਦਾ ਸਿੱਧੀਆਂ, ਅਤੇ ਬੀਜਾਂ ਵਾਲੀਆਂ ਦੁਕਾਨਾਂ ਅਤੇ ਹੋਰ ਸਾਰੇ ਜਿਹੜੇ ਸਟਾਲ ਤੁਹਾਡੇ ਦੇਖਦਾ, ਪਰ ਉਹ ਐਵੇਂ ਹੀ ਹੁੰਦਾ ਵੀ ਉਹਦੇ ਕੋਈ ਸਵਾਲ ਹੁੰਦਾ ਅਤੇ ਉਹ ਸਵਾਲ ਆਪਣੇ ਨੂੰ ਜਿੱਥੇ ਪਬਲਿਕ ਬੈਠੀ ਆ ਉੱਥੇ ਦੱਸਣਾ ਵੀ ਚਾਹੁੰਦਾ ਹੁੰਦਾ ਬਾਕੀ ਲੋਕਾਂ ਨੂੰ ਵੀ ਫਲਾਣੇ ਸਿੰਘ ਨੇ ਸਵਾਲ ਪੁੱਛਿਆ। ਕੋਈ ਇਹੋ ਜਿਹੀ ਗੋਸ਼ਟੀ ਜਾਂ ਕੋਈ ਸੈਮੀਨਾਰ, ਕਿਉਂਕਿ ਮੇਲੇ ਦੇ ਵਿੱਚ ਫਿਰ ਤੁਰੇ ਫਿਰਦੇ ਲੋਕ ਹੁੰਦੇ ਆ, ਕਿ ਕੋਈ ਇਹੋ ਜਿਹਾ ਪੰਡਾਲ ਦਾ ਇੰਤਜ਼ਾਮ ਵੀ ਕਰ ਦਿਓ ਜਿਹਦੇ ਵਿੱਚ ਲੋਕ ਜਿਹੜੇ ਉਹ ਸਿੱਧਾ ਸਵਾਲ ਸਾਡੇ ਸਾਇੰਸਦਾਨ ਨੂੰ ਪੁੱਛ ਸਕਣ ਅਤੇ ਉਹ ਸਟੇਜ ਤੋਂ ਉਹਦਾ ਜਵਾਬ ਦੇਵੇ। ਰਿਆੜ ਸਾਹਿਬ, ਮੇਲੇ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਤੁਸੀਂ ਗੱਲ ਕੀਤੀ ਆ ਕਿ ਕਿਸਾਨਾਂ ਨਾਲ ਗੱਲਬਾਤ ਕਰਨ ਦੀ, ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੀ। ਇਸ ਸੰਬੰਧ ਦੇ ਵਿੱਚ ਇੱਕ ਕਿਸਾਨ ਮੇਲੇ ਦੇ ਵਿੱਚ ਬਹੁਤ ਵੱਡਾ ਪੰਡਾਲ ਹੈ ਜਿਹਨੂੰ ਅਸੀਂ ਓਪਨ ਏਅਰ ਥੀਏਟਰ ਕਹਿੰਦੇ ਹਾਂ। ਉੱਥੇ ਪੂਰੀ ਸਟੇਜ ਲੱਗੀ ਹੁੰਦੀ ਹੈ ਅਤੇ ਕਿਸਾਨਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠਣ ਦਾ ਉੱਥੇ ਇੰਤਜ਼ਾਮ ਹੁੰਦਾ। ਉੱਥੇ ਕਿਸਾਨ ਬੈਠ ਕੇ ਮਾਹਰਾਂ ਦੀਆਂ ਗੱਲਾਂ ਸੁਣ ਸਕਦੇ ਨੇ, ਉਹਨਾਂ ਦੇ ਨਾਲ ਤੋਂ ਤਕਨੀਕੀ ਜਾਣਕਾਰੀ ਲੈ ਸਕਦੇ ਨੇ ਅਤੇ ਹਰ ਤਰੀਕੇ ਦਾ ਜਿਹੜਾ ਸਵਾਲ ਹੈ ਉੱਥੇ ਪੁੱਛ ਸਕਦੇ ਨੇ। ਤੁਰੰਤ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਂਦਾ। ਸਵਾਲ ਜਵਾਬ ਦਾ ਇੱਕ 2-2.5 ਘੰਟੇ ਦਾ ਸਪੈਸ਼ਲ ਸੈਸ਼ਨ ਰੱਖਿਆ ਜਾਂਦਾ ਜਿਹੜੇ ਦੇ ਵਿੱਚ ਸਿਰਫ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਹੁੰਦੇ ਆ। ਉਹ ਬੜਾ ਜਿਹੜਾ ਹੈਗਾ ਲਾਹੇਵੰਦ ਹੁੰਦਾ, ਕਿਉਂਕਿ ਕਈ ਵਾਰੀ ਹੁੰਦਾ ਕਿ ਮੇਰੇ ਮਨ 'ਚ ਇੱਕ ਸਵਾਲ ਹੈ, ਉਹ ਮੈਂ ਪੁੱਛਿਆ ਅਤੇ ਉਹਦਾ ਫਾਇਦਾ ਤੁਹਾਨੂੰ ਵੀ ਹੋ ਗਿਆ। ਸੋ ਕਿਸਾਨਾਂ ਲਈ ਬੜਾ ਲਾਹੇਵੰਦ ਹੁੰਦਾ ਉਹ ਜਿਹੜੀ ਸਿੱਧੀ ਲਾਈਵ ਜਿਹਨੂੰ ਕਹਿੰਦੇ ਆ ਉਹ ਗੱਲਬਾਤ ਇੰਟਰੈਕਸ਼ਨ ਹੁੰਦੀ ਹੈ ਵਿਗਿਆਨੀਆਂ ਦੇ ਵਿਚਕਾਰ ਅਤੇ ਕਿਸਾਨਾਂ ਦੀ ਆਪਸ ਦੇ ਵਿੱਚ। ਸੋ ਉਹ ਪੂਰਾ ਪੰਡਾਲ ਲਾਇਆ ਜਾਂਦਾ ਉੱਥੇ ਅਤੇ ਨਾਲ ਉੱਥੇ ਅਸੀਂ ਵਿੱਚ ਤਾਂ ਕਿ ਮੇਲਾ ਹੀ ਹੁੰਦਾ, ਮਨੋਰੰਜਨ ਲਈ ਕੋਈ ਗੀਤ ਕੋਈ ਹੋਰ ਇੱਦਾਂ ਦਾ ਸ਼ੁਗਲ ਮੇਲੇ ਵਾਲਾ ਕੰਮ ਵੀ ਕੀਤਾ ਜਾਂਦਾ, ਕਿਉਂਕਿ ਮੇਲੇ ਦੇ ਵਿੱਚ ਸਾਰੀਆਂ ਚੀਜ਼ਾਂ ਚਾਹੀਦੀਆਂ ਹੈਗੀਆਂ ਨੇ। ਸੋ ਬਹੁਤ ਵਧੀਆ ਗੱਲ ਹੈ, ਅਤੇ ਵੈਸੇ ਸੁਣਨ 'ਚ ਵੀ ਆਇਆ ਕਿ ਤੁਸੀਂ ਉੱਥੇ ਜਿਹੜੇ ਗਾਉਣ ਪਾਣੀ ਵੀ ਲਗਵਾਉਂਦੇ ਜੇ ਉਹ ਵੀ ਖੇਤੀਬਾੜੀ ਨਾਲ ਸੰਬੰਧਿਤ ਹੀ ਬਹੁਤੇ ਤੁਹਾਡੇ ਹੁੰਦੇ ਨੇ ਕਿ ਪਰਾਲੀ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਜੱਟਾ ਖੇਤੀ ਦੇ ਵਿੱਚ ਤੂੰ ਜੇ ਖੇਤੀ ਖਰਚਾ ਘਟਾ ਕੇ ਵੱਧ ਮੁਨਾਫਾ ਕਿੱਦਾਂ ਲੈਣਾ। ਸੋ ਉਹ ਵੀ ਬਹੁਤ ਇੱਕ ਵਧੀਆ ਜਿਹੜੀ ਤੁਸੀਂ ਇੱਕ ਉਪਰਾਲਾ ਕਰ ਰਹੇ ਹੋ। ਸੋ ਡਾਕਟਰ ਸਾਹਿਬ, ਕਿਸਾਨ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਾਂ ਹੋਰ ਮੇਲਿਆਂ 'ਚ ਜਾਂਦਾ ਅਤੇ ਉਹਦੀ ਤਮੰਨਾ ਹੁੰਦੀ ਆ ਕਿ ਜੇ ਹੁਣ 20-21-22 ਨੂੰ ਆਉਣਾ ਉਹਨਾਂ ਨੇ ਅਤੇ ਉਹਦੇ ਵਿੱਚ ਉਹਨਾਂ ਦੀ ਤਮੰਨਾ ਇਹ ਹੋਵੇਗੀ ਕਿ ਮੈਂ ਹਾੜੀ ਦੀਆਂ ਫਸਲਾਂ ਦਾ ਬੀਜ ਜਿਹੜਾ ਉਹ ਥੋੜ੍ਹਾ ਸਾਰਾ ਹੀ ਲੈ ਜਾਂ ਤਾਂ ਕਿ ਮੈਨੂੰ ਇੱਥੇ ਮੇਲੇ 'ਤੇ ਆਉਣ ਦਾ ਫਾਇਦਾ ਹੋਵੇ। ਸੋ ਸਾਡੇ ਨਾਲ ਇੱਕ ਹੋਰ ਕਿਸਾਨ ਭਰਾ ਜੁੜ ਰਹੇ ਨੇ, ਆਓ ਉਹਨਾਂ ਦਾ ਸਵਾਲ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਵਿੱਚ। ਗੁਲਾਮ ਮੋੜ ਬੋਲ ਰਿਹਾ ਜੀ, ਬਠਿੰਡੇ ਤੋਂ। ਗੁਲਾਮ ਮੋੜ ਸਵਾਗਤ ਹੈ ਜੀ। ਗੁਲਾਮ ਮੋੜ ਬੋਲ ਰਿਹਾ ਜੀ, ਬਠਿੰਡੇ ਤੋਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਵਿਸ਼ਾ ਜੀ, ਧੰਨਵਾਦ। ਤੇ ਮੈਂ ਜਾਣਕਾਰੀ ਲੈਣੀ ਸੀ ਜਿਸ ਤਰ੍ਹਾਂ ਜੀ ਹੁਣ ਆਪਣੇ ਨਾ ਕਣਕ ਦੀ ਬਿਜਾਈ ਹੋਊਗੀ ਝੋਨੇ ਤੋਂ ਬਾਅਦ, ਤੇ ਬਰਸੀਮ ਵਗੈਰਾ ਬੀਜਣਾ ਜਾਂ ਜਮੀਨ ਜਾਂ ਹੋਰ ਵੀ ਜਿਹੜੀਆਂ ਫਸਲਾਂ ਬੀਜਣੀਆਂ। ਇੱਕ ਕਿਸਾਨ ਕੋਲ 5 ਏਕੜ ਜ਼ਮੀਨ ਹੈ ਜੀ, ਤੇ ਉਹ ਕਿੰਨਾ ਬੀਜ ਪ੍ਰਾਪਤ ਕਰ ਸਕਦਾ, ਕਿੰਨੇ ਰੇਟ ਤੇ ਉਹ ਬੀਜ ਦਿੱਤਾ ਜਾਂਦਾ? ਤੇ ਦੂਜਾ ਜੇ ਆਪਾਂ ਕਿਸਾਨ ਮੇਲਿਆਂ ਦੀ ਗੱਲ ਕਰੀਏ ਨਾ ਜੀ, ਕੀ ਸਹਾਇਕ ਧੰਦਿਆਂ ਬਾਰੇ ਵੀ ਕੋਈ ਕਿਸਾਨ ਮੇਲੇ 'ਚ ਜਾਣਕਾਰੀ ਦਿੱਤੀ ਜਾਂਦੀ ਆ ਆਮ? ਸੋ ਧੰਨਵਾਦ ਗੁਲਾਬ ਜੀ, ਤੁਸੀਂ ਵਧੀਆ ਸਵਾਲ ਕੀਤਾ ਹੈ। ਸੋ ਡਾਕਟਰ ਸਾਹਿਬ, ਜਿਵੇਂ ਇਹਨਾਂ ਨੇ ਗੱਲ ਕੀਤੀ ਆ ਕਿ ਮੈਂ ਕਿੰਨਾ ਕੁ ਬੀਜ ਲੈ ਸਕਦਾ ਵਾਂ, ਇਹ ਭਾਵੇਂ ਬਰਸੀਮ ਦਾ ਹੋਵੇ ਜਾਂ ਕਣਕ ਦਾ ਹੋਵੇ ਜਾਂ ਹੋਰ ਬਰਸੀਮ ਹੋਵੇ, ਕੋਈ ਤੁਸੀਂ ਉੱਥੇ ਬੰਦਿਸ਼ ਰੱਖੀ ਆ, ਕੋਈ ਇਹੋ ਜਿਹਾ ਕੋਈ ਤਰੀਕਾ ਵਾ ਜਾਂ ਕਿ ਖੁੱਲ੍ਹਾ ਬੀਜ ਸਾਡੇ ਕਿਸਾਨ ਭਰਾ ਲੈ ਸਕਦੇ ਨੇ, ਇਹਦੇ ਬਾਰੇ ਥੋੜ੍ਹੀ ਜਾਣਕਾਰੀ? ਦੇਖੋ ਰਿਆੜ ਸਾਹਿਬ, ਜਿਹੜੀਆਂ ਫਸਲਾਂ ਦੇ ਬੀਜ ਜੇ ਕੋਈ ਨਵੇਂ ਬੀਜ ਆਉਂਦੇ ਨੇ ਉਦੋਂ ਜ਼ਰੂਰ, ਕਿਉਂਕਿ ਪਹਿਲੀ ਵਾਰੀ ਜਦੋਂ ਕੋਈ ਵਰਾਇਟੀ ਕੋਈ ਕਿਸਮ ਕੱਢੀ ਜਾਂਦੀ ਆ ਬੀਜ ਦੀ, ਉਦੋਂ ਹੁੰਦੀ ਹੈ ਸਾਡੀ ਕੋਸ਼ਿਸ਼ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਮਿਲ ਸਕੇ। ਉਸ ਟਾਈਮ ਅਸੀਂ ਛੋਟੀਆਂ ਥੈਲੀਆਂ ਦੇ ਵਿੱਚ ਛੋਟੇ ਪੈਕਟਾਂ ਦੇ ਵਿੱਚ ਬੀਜ ਰੱਖਦੇ ਹਾਂ, ਪਰੰਤੂ ਜਿਹੜੀਆਂ ਆਮ ਚੱਲਣ ਵਾਲੀਆਂ ਸਾਡੀਆਂ ਕਿਸਮਾਂ ਨੇ ਉਹਨਾਂ ਦਾ ਖੁੱਲ੍ਹਾ ਬੀਜ ਕਿਸਾਨ ਜਿੰਨਾ ਮਰਜ਼ੀ ਲੈ ਸਕਦਾ। ਅਤੇ ਇਕੱਲਾ ਇਹ ਨਹੀਂ ਕਿ ਲੁਧਿਆਣੇ ਮੇਲੇ ਦੇ ਵਿੱਚ ਲੈਣਾ, ਇਸ ਤੋਂ ਮੇਲੇ ਤੋਂ ਪਹਿਲਾਂ ਜਾਂ ਮੇਲੇ ਤੋਂ ਬਾਅਦ ਵੀ ਜਿੰਨੇ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਥਾਂ ਥਾਂ ਅਸੀਂ ਦੁਕਾਨਾਂ ਖੋਲ੍ਹੀਆਂ ਨੇ, ਉੱਥੋਂ ਜਿੰਨੀ ਮਰਜ਼ੀ ਜਿਹੜੀ ਮਿਕਦਾਰ ਦੇ ਵਿੱਚ ਤੁਸੀਂ ਬੀਜ ਲੈ ਸਕਦੇ ਹੋ। ਇਹਦੇ ਉੱਤੇ ਕੋਈ ਸਾਡਾ ਇਹ ਨਹੀਂ ਹੈ ਕਿ ਇੱਕ ਕਿਸਾਨ ਨੂੰ 1 ਕਿੱਲੇ ਦਾ ਮਿਲਣਾ ਜਾਂ 2 ਕਿੱਲੇ ਦਾ ਮਿਲਣਾ, ਖਾਸ ਕਰਕੇ ਜਿਹੜੀਆਂ ਆਪਣੀਆਂ ਕਿਸਮਾਂ ਪੁਰਾਣੀਆਂ ਝੱਲ ਰਹੇ ਨੇ। ਹਾਂ, ਜਿਹੜੀਆਂ ਨਵੀਆਂ ਕਿਸਮਾਂ ਨੇ ਜਿੱਦਾਂ 752-1 ਪਛੇਤੀ ਕਣਕ, ਉਹਦਾ ਐਤਕੀ ਪਹਿਲੀ ਵਾਰੀ ਬੀਜ ਅਸੀਂ ਕਣਕ ਕੱਢਿਆ ਹੈਗੀ ਵਾਰ ਕਿਸਮ, ਉਹਦਾ ਬੀਜ ਜ਼ਰੂਰ ਘੱਟ ਹੁੰਦਾ ਕਿਉਂਕਿ ਪਹਿਲੇ ਸਾਲ ਫਿਰ ਕਿਸਾਨਾਂ ਨੇ ਬੀਜ ਆਪਣੇ ਆਪ ਵਧਾਉਣਾ ਹੁੰਦਾ। ਉਹਨਾਂ ਦੇ ਵਿੱਚ ਉਹਦੇ ਵਿੱਚ ਵੀ ਲਿਮਿਟ ਕੋਈ ਨਹੀਂ ਹੈ, ਪਰ ਉਹ ਕਿਉਂਕਿ ਪਹਿਲੀ ਵਾਰ ਨਿਕਲ ਰਹੀ ਆ ਉਹਦੇ 'ਚ ਥੋੜ੍ਹੀ ਬਹੁਤ ਲਿਮਿਟ ਹੋ ਸਕਦੀ ਆ। ਅਦਰਵਾਈਜ਼ ਤੁਸੀਂ ਜਿੰਨਾ ਮਰਜ਼ੀ ਬੀਜ ਕਿਸੇ ਵੀ ਫਸਲ ਦਾ, ਕਿਸਾਨ ਜਿਹੜੀਆਂ ਹਾੜੀ ਦੀਆਂ ਚਾਹੇ ਕਣਕ ਆ, ਜਵੀ ਆ, ਜੌਂ ਨੇ, ਤੇਲ ਬੀਜ ਫਸਲਾਂ ਨੇ ਜਾਂ ਸਬਜ਼ੀਆਂ ਦੀਆਂ ਕਿੱਟਾਂ ਨੇ, ਜਿੰਨੀ ਉਹਨਾਂ ਦੀ ਜ਼ਰੂਰਤ ਆ ਉਹ ਅਸੀਂ ਸਾਰੀ ਜ਼ਰੂਰਤ ਪੂਰੀ ਕਰਾਂਗੇ। ਸੋ ਡਾਕਟਰ ਸਾਹਿਬ, ਇਸ ਵਾਰ ਜਿਹੜਾ ਹਾੜੀ ਦੀਆਂ ਫਸਲਾਂ ਜਿਹੜਾ ਬੀਜ ਤੁਸੀਂ ਦੇ ਰਹੇ ਹੋ, ਜਿਵੇਂ ਕਣਕ ਦੀ ਇੱਕ ਵਰਾਇਟੀ ਦਾ ਤੁਸੀਂ ਬੀਜ ਦੱਸਿਆ,
ਤੇ ਹੋਰ ਵੀ ਕੋਈ ਬੀਜ ਜਿਹੜੇ ਨੇ ਬਰਸੀਮ ਹੋ ਗਿਆ ਜਾਂ ਕੋਈ ਹੋਰ ਫਸਲਾਂ ਦੇ ਬੀਜ ਜਾਂ ਕੋਈ ਪੌਦੇ ਜਾਂ ਕੋਈ ਸਬਜ਼ੀਆਂ ਦੇ ਬੀਜ ਕੋਈ ਇਹੋ ਜਿਹੀਆਂ ਵੀ ਵਰਾਇਟੀਆਂ ਨਵੀਆਂ ਦਓਗੇ ਇਸ ਵਾਰ ਸਾਡੇ ਕਿਸਾਨ ਭਰਾਵਾਂ ਨੂੰ? ਹਾਂ ਰਿਆੜ ਸਾਹਿਬ, ਜਿਹੜੀਆਂ ਕਿਸਮਾਂ ਦੀਆਂ ਸਿਫਾਰਿਸ਼ਾਂ ਅਸੀਂ ਕੀਤੀਆਂ ਨੇ, ਕੁਛ ਐਤਕੀ ਦੋ ਜਿਹੜੀਆਂ ਹੈਗੀਆਂ ਜਵੀ ਦੀਆਂ ਨਵੀਆਂ ਕਿਸਮਾਂ ਆਈਆਂ ਨੇ, ਬਿਲਕੁਲ, ਅਤੇ ਇਸ ਤੋਂ ਇਲਾਵਾ ਜਿਹੜੀ ਮੂੰਗੀ ਦੀ ਇੱਕ ਨਵੀਂ ਕਿਸਮ ਆਈ ਹੈ, ਅਤੇ ਉਹਨਾਂ ਫਸਲਾਂ ਦਾ, ਤੇਲ ਬੀਜ ਫਸਲਾਂ ਦਾ ਅਤੇ ਜਿਹੜੀਆਂ ਸਾਡੀਆਂ ਸਬਜ਼ੀਆਂ ਹੈ ਉਹਨਾਂ ਦੀਆਂ ਕਿੱਟਾਂ ਵੀ ਮਿਲਣਗੀਆਂ। ਸਬਜ਼ੀਆਂ ਦਾ ਤੁਸੀਂ ਇਕੱਲੀ ਇਕੱਲੀ ਸਬਜ਼ੀ ਦਾ ਬੀਜ ਵੀ ਲੈ ਸਕਦੇ ਹੋ, ਅਤੇ ਇਸ ਤੋਂ ਇਲਾਵਾ ਜੇ ਘਰੇਲੂ ਬਗੀਚੀ ਆ ਉਹਦੇ ਲਈ ਅਸੀਂ ਇੱਕ ਕਿੱਟ ਬਣਾਈ ਹੋਈ ਹੈ ਸਬਜ਼ੀਆਂ ਦੇ ਬੀਜ ਦੀ, ਉਹਦੇ ਥੋੜ੍ਹਾ ਥੋੜ੍ਹਾ ਬੀਜ ਸਾਰੀਆਂ ਸਿਆਲ ਆਦੀਆਂ ਦੀਆਂ ਸਬਜ਼ੀਆਂ ਨੇ ਉਹਨਾਂ ਦਾ ਹੁੰਦਾ। ਇਸੇ ਤਰੀਕੇ ਨਾਲ ਇੱਕ ਤੇਲ ਬੀਜ ਅਤੇ ਆਪਣੀ ਦਾਲਾਂ ਦੀ ਕਿੱਟ ਹੈ ਛੋਟੀ, ਕਿ ਜੇ ਕਿਸਾਨ ਨੇ ਆਪਣੇ ਲਈ ਥੋੜ੍ਹੀ ਥੋੜ੍ਹੀ ਅੱਧਾ ਅੱਧਾ ਕਨਾਲ ਜਗ੍ਹਾ ਲਾਉਣੀ ਹੈਗੀ ਆ ਉਹ ਕਿੱਟੋ ਲੈ ਸਕਦੇ। ਉਹਦੇ ਵਿੱਚ ਥੋੜ੍ਹੀ ਥੋੜ੍ਹੀ ਮਾਤਰਾ ਦੇ ਵਿੱਚ ਕਨੋਲਾ ਸਰੋਂ ਹੈ ਅਤੇ ਜਿਹਦਾ ਤੇਲ ਬਹੁਤ ਸਿਹਤ ਲਈ ਵਧੀਆ ਹੈ, ਅਤੇ ਜਾਂ ਜਿਹੜੀਆਂ ਸਾਡੀਆਂ ਛੋਲੇ ਨੇ ਜਾਂ ਸਾਡੇ ਮਸਰ ਨੇ ਉਹਨਾਂ ਦਾ ਥੋੜ੍ਹੀ ਕੁਆਂਟਿਟੀ ਦੇ ਵਿੱਚ ਬੀਜ ਉਹ ਲੈ ਸਕਦੇ ਨੇ। ਅਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਫਲਾਂ ਦੇ ਬੂਟੇ ਨੇ ਜਿਹਨਾਂ ਨੂੰ ਬਰਸਾਤ ਦੇ ਮੌਸਮ ਅਸੀਂ ਲਾਉਂਦੇ ਹਾਂ, ਨਿੰਬੂ ਜਾਤੀ ਦੇ ਸਾਰੇ ਬੂਟੇ, ਅਮਰੂਦ, ਪਪੀਤਾ, ਔਲਾ ਵਗੈਰਾ, ਇਹਨਾਂ ਦੇ ਬੂਟੇ ਮਿਲ ਸਕਦੇ ਆ। ਅਤੇ ਇਸ ਤੋਂ ਇਲਾਵਾ ਜਿਹੜੇ ਜੰਗਲੀ ਹੈਗੇ ਦਰਖਤ ਨੇ, ਜੰਗਲਾਤ ਦੇ ਦਰਖਤ ਨੇ ਜਿਵੇਂ ਟਾਹਲੀ ਹੈ ਜਾਂ ਜਿਹੜੇ ਹੋਰ ਦਰਖਤ ਨੇ ਉਹਨਾਂ ਦੇ ਬੂਟੇ ਵੀ ਜਿਹੜੇ ਹੈਗੇ ਉਹ ਮੇਲੇ 'ਚੋਂ ਕਿਸਾਨ ਲੈ ਸਕਦੇ ਨੇ। ਸੋ ਡਾਕਟਰ ਸਾਹਿਬ, ਇੱਕ ਗੱਲ ਤੁਸੀਂ ਕੀਤੀ ਹੈ ਕਿ ਸਬਜ਼ੀਆਂ ਦੀ ਕਿੱਟ, ਕਿ ਜਿਹਦੇ ਵਿੱਚ ਮੈਂ ਸਮਝਣਾ ਕਿ ਜਿਹੜੀਆਂ ਹੁਣ ਹਾੜੀ 'ਚ ਲਾਉਣ ਵਾਲੀਆਂ ਜਾਂ ਸਰਦੀ 'ਚ ਲਾਉਣ ਵਾਲੀਆਂ ਸਬਜ਼ੀਆਂ ਨੇ ਉਹਨਾਂ ਦੇ ਸਾਰੇ ਹੀ ਬੀਜ ਉਹਦੇ ਵਿੱਚ ਪਾਏ ਹੋਣਗੇ ਤਾਂ ਕਿ ਇੱਕ ਜਿਹੜਾ 4-5 ਪਰਿਵਾਰ ਦਾ ਮੈਂਬਰ ਨੇ ਉਹਨਾਂ ਦਾ ਗੁਜ਼ਾਰਾ ਚੱਲ ਸਕੇ। ਸੋ ਆਪਾਂ ਇਹ ਗੱਲ ਕਰਦੇ ਹਾਂ, ਸਵਾਲ ਲੈਂਦੇ ਹਾਂ, ਸਾਡੇ ਕਿਸਾਨ ਭਰਾ ਜੁੜ ਰਹੇ ਨੇ। ਹੈਲੋ, ਹਾਂਜੀ ਸਰ, ਇਸ ਤਰ੍ਹਾਂ ਹੀ ਅਸੀਂ ਪੁੱਛਣਾ ਚਾਹੁੰਦੇ ਹਾਂ, ਜਿਹੜੇ ਨਵੇਂ ਬੀਜ ਤੁਸੀਂ ਯਾਦ ਕਰਦੇ ਜੇ ਇਹ ਛੋਟਿਆਂ ਜ਼ਿਮੀਂਦਾਰਾਂ ਨੂੰ ਤਾਂ ਮਿਲਦੇ ਹੀ ਨਹੀਂ, ਜਿਨ੍ਹਾਂ ਦੀ ਪਹੁੰਚ ਹੁੰਦੀ ਉਹਨਾਂ ਨੂੰ ਮਿਲ ਜਾਂਦੀ, ਜਾਂ ਜਿਹੜੇ ਵੱਡੇ ਮੁਲਾਜ਼ਮ ਵਿੱਚ ਹੁੰਦੇ ਨੇ ਉਹਨਾਂ ਨੂੰ ਉਹ ਲੈ ਜਾਂਦੇ ਨੇ। ਸੋ ਧੰਨਵਾਦ ਵਿਕਾਸ ਜੀ, ਚੰਗਾ ਸਵਾਲ ਕੀਤਾ ਤੁਸੀਂ। ਸੋ ਡਾਕਟਰ ਸਾਹਿਬ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਵਿਕਾਸ ਜੀ? ਰਿਆੜ ਸਾਹਿਬ, ਦੇਖੋ ਇੱਦਾਂ ਦੀ ਗੱਲ ਮੇਰੇ ਤਾਂ ਕੋਈ ਜਾਣਕਾਰੀ ਦੇ ਵਿੱਚ ਨਹੀਂ ਹੈ ਕਿ ਕਿਸੇ ਕਿਸਾਨ ਨੂੰ ਯੂਨੀਵਰਸਿਟੀ ਤੋਂ ਖਾਲੀ ਮੁੜਨਾ ਪਿਆ ਹੋਵੇ। ਜੇ ਬੀਜ ਉਪਲਬਧ ਆ, ਖਤਮ ਨਹੀਂ ਹੋਏ, ਸੀਜ਼ਨ ਦੇ ਅੰਤ 'ਚ ਜਾ ਕੇ ਕਈ ਵਾਰੀ ਬੀਜ ਖਤਮ ਹੋ ਜਾਂਦੇ ਨੇ ਕਿਉਂਕਿ ਯੂਨੀਵਰਸਿਟੀ ਦੇ ਬੀਜਾਂ ਦੀ ਬਹੁਤ ਡਿਮਾਂਡ ਆ, ਪਰ ਯੂਨੀਵਰਸਿਟੀ ਦੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ, ਬੀਜਾਂ ਦੇ ਕਾਊਂਟਰ ਨੇ, ਉਹ ਸਭ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਨੇ, ਅਤੇ ਕੋਈ ਇੱਥੇ ਇੱਦਾਂ ਦੀ ਗੱਲ ਨਹੀਂ ਵੀ ਉਹਦੇ ਉੱਥੇ ਕੋਈ ਵਿਤਕਰਾ ਹੋ ਸਕਦਾ, ਮੇਰੀ ਜਾਣਕਾਰੀ 'ਚ ਨਹੀਂ ਹੈ। ਪਰ ਫਿਰ ਵੀ ਜੇ ਕਿਤੇ ਕੋਈ ਇਹਦੇ ਬਾਰੇ ਕਿਤੇ ਕੋਈ ਚੀਜ਼ ਜਾਣਕਾਰੀ ਕਿਸੇ ਨੂੰ ਮਿਲਦੀ ਆ ਤਾਂ ਸਾਡੇ ਨੇੜੇ ਦੇ ਕਿਸੇ ਵੀ ਦਫ਼ਤਰ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਤੁਸੀਂ ਯੂਨੀਵਰਸਿਟੀ ਨੂੰ ਦੱਸ ਸਕਦੇ ਹੋ। ਸੋ ਕੋਈ ਮਸਲਾ ਨਹੀਂ, ਤੁਹਾਨੂੰ ਹਰ ਬੀਜ ਪ੍ਰਾਪਤ ਹੋਊਗਾ। ਸੋ ਡਾਕਟਰ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਕੁਛ ਲੋਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਮੇਲਾ ਜਿਹੜਾ ਉਹ ਦੇਖ ਕੇ ਸਾਰਾ ਕੁਛ ਜੋ ਜੋ ਤੁਸੀਂ ਸਹੂਲਤਾਂ ਪ੍ਰਦਾਨ ਕਰ ਰਹੇ ਹੋ ਉੱਥੇ ਦੇ ਰਹੇ ਹੋ, ਇਸ ਤੋਂ ਇਲਾਵਾ ਕੋਈ ਖੇਤੀ ਸਾਹਿਤ, ਕੋਈ ਕਿਤਾਬਾਂ, ਕਿਉਂਕਿ ਕੁਛ ਕਿਸਾਨਾਂ ਨੇ ਆਪਣਾ ਉਹ ਕਿਤਾਬਾਂ ਲੈ ਕੇ ਜਿਹੜੀਆਂ ਉਹ ਘਰ ਵੀ ਜਾਣਾ ਅਤੇ ਉਹਦੇ ਵਿੱਚੋਂ ਦੇਖ ਕੇ ਆਪਣੀ ਗਾਂਹ ਹਾੜੀ ਦੀਆਂ ਫਸਲਾਂ ਵਾਸਤੇ ਮੈਂ ਕਿੰਨੀ ਖਾਦ ਪਾਉਣੀ, ਕਿੰਨਾ ਬੀਜ ਪਾਉਣਾ, ਕਿੰਨੀ ਇਨਸੈਕਟੀਸਾਈਡ ਜਾਂ ਕੁਛ ਹੋਰ ਬਿਮਾਰੀਆਂ ਵਾਸਤੇ ਉਹਦਾ ਇਲਾਜ ਕੀ, ਕੋਈ ਇਹਦੇ ਬਾਰੇ ਵੀ ਕੋਈ ਖੇਤੀ ਸਾਹਿਤ ਵੀ ਉੱਥੇ ਤੁਸੀਂ ਪ੍ਰਦਾਨ ਕਰਦੇ ਹੋ ਸਾਡੇ ਕਿਸਾਨ ਭਰਾਵਾਂ ਨੂੰ? ਰਿਆੜ ਸਾਹਿਬ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੁਆਰਾ ਹਰ ਤਰ੍ਹਾਂ ਦਾ ਅੰਗਰੇਜ਼ੀ ਦੇ ਵਿੱਚ, ਪੰਜਾਬੀ ਦੇ ਵਿੱਚ, ਇੱਥੋਂ ਤੱਕ ਕਿ ਹਿੰਦੀ ਦੇ ਵਿੱਚ ਵੀ ਸਾਹਿਤ ਜਿਹੜਾ ਹੈਗਾ ਉਹ ਛਾਪਿਆ ਜਾਂਦਾ, ਜਿਹਦੇ ਵਿੱਚ ਸਾਡੇ ਮਹੀਨਾਵਾਰ ਰਸਾਲੇ ਨੇ ਚੰਗੀ ਖੇਤੀ ਜਾਂ ਪ੍ਰੋਗਰੈਸਿਵ ਫਾਰਮਿੰਗ ਹੈ ਅੰਗਰੇਜ਼ੀ ਦੇ ਵਿੱਚ, ਅਤੇ ਇਸ ਤੋਂ ਇਲਾਵਾ ਜਿਹੜੀਆਂ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਉਹਨਾਂ ਦੇ ਲਈ ਅਸੀਂ ਇੱਕ ਕਿਤਾਬ 'ਚ ਹਰ ਸਾਲ ਉਹਨੂੰ ਛਾਪਦੇ ਹੈਗੇ ਹਾਂ। ਤੋ ਜਿਹੜੀਆਂ ਹੁਣ ਹਾੜੀ ਦੀਆਂ ਫਸਲਾਂ ਨੇ ਉਹਨਾਂ ਦੀ ਨਵੀਂ ਕਿਤਾਬ ਜਿਹੜੀ ਹੈਗੀ ਹੈ, ਪੈਕੇਜ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਤੁਹਾਨੂੰ ਮੇਲੇ ਦੇ ਵਿੱਚ ਮਿਲੂਗੀ, ਜਾਂ ਕਿਸੇ ਵੀ ਹੋਰ ਚਾਹੇ ਜਿਵੇਂ ਦੂਜੇ ਧੰਦੇ ਨੇ, ਜੇ ਮਧੂਮੱਖੀ ਪਾਲਣ ਕਿਸੇ ਨੇ ਕਰਨਾ ਹੈ, ਖੁੰਭਾਂ ਦੀ ਕਾਸ਼ਤ ਕਰਨੀ ਹੈ, ਜਾਂ ਹੋਰ ਕੋਈ ਵੀ ਖੇਤੀ ਸੰਬੰਧੀ ਕੰਮ ਕਰਨਾ, ਉਹ ਹਰ ਲਿਟਰੇਚਰ ਜਿਹੜਾ ਹੈਗਾ, ਹਰ ਤਰ੍ਹਾਂ ਦਾ ਸਾਹਿਤ ਉਹ ਮੇਲੇ ਦੇ ਵਿੱਚ ਉਪਲਬਧ ਹੁੰਦਾ, ਕਿਉਂਕਿ ਸਾਹਿਤ ਘਰ ਦੇ ਵਿੱਚ ਹੋਣਾ ਬੜਾ ਜ਼ਰੂਰੀ ਆ। ਸਾਰੀਆਂ ਗੱਲਾਂ ਯਾਦ ਨਹੀਂ ਰੱਖੀਆਂ ਜਾ ਸਕਦੀਆਂ, ਪਰ ਜਿਹੜਾ ਇੱਕ ਲਿਖਿਆ ਹੋਇਆ, ਇੱਕ ਪ੍ਰਿੰਟ ਹੋਇਆ ਜਿਹੜਾ ਸਾਹਿਤ ਹੈ, ਉਹ ਘਰ ਦੇ ਵਿੱਚ ਹੋਣਾ ਜ਼ਰੂਰੀ ਆ, ਅਤੇ ਉਹਦੀ ਹਰ ਤਰ੍ਹਾਂ ਦੇ ਸਾਹਿਤ ਦੀ ਜਿਹੜੀ ਹੈਗੀ ਆ ਉਹ ਮੇਲੇ ਦੇ ਵਿੱਚ ਜਿਹੜੀ ਹੈਗੀ ਆ ਉਹ ਕਿਸਾਨ ਆ ਕੇ ਲੈ ਸਕਦੇ ਆ ਬੜੇ ਆਰਾਮ ਨਾਲ, ਅਤੇ ਸਾਰੇ ਸਾਲ ਦਾ ਚੰਦਾ ਭਰ ਕੇ ਉਹ ਜਿਹੜੇ ਚੰਗੀ ਖੇਤੀ ਹੈ ਜਾਂ ਪ੍ਰੋਗਰੈਸਿਵ ਫਾਰਮਿੰਗ ਹੈ ਉਹ ਉਹਨਾਂ ਦੇ ਘਰ ਹਰ ਮਹੀਨੇ ਜਿਹੜੀ ਹੈਗੀ ਆ ਪਹਿਲੀ ਤਰੀਕ ਤੋਂ ਪਹਿਲਾਂ ਪਹੁੰਚ ਜਾਇਆ ਕਰੂਗੀ, ਉਹਨੂੰ ਉਹ ਇੱਕ ਅਗਲੇ ਸਾਲ ਲਈ ਬੁੱਕ ਕਰਾ ਸਕਦੇ ਆ, ਜਾਂ ਸਾਰੀ ਉਮਰ ਲਈ ਵੀ ਉਹਨੂੰ ਮੇਲੇ ਦੇ ਵਿੱਚ ਬੁੱਕ ਕਰਵਾ ਸਕਦੇ ਨੇ।
ਸੋ ਡਾਕਟਰ ਸਾਹਿਬ ਜਿਵੇਂ ਆਪਾਂ ਗੱਲ ਕੀਤੀ ਖੇਤੀ ਸਾਹਿਤ ਦੀ ਬਹੁਤ ਵਧੀਆ ਗੱਲ ਹੈ ਕਿ ਹਰ ਫਸਲ ਦੇ ਉੱਤੇ ਤੁਸੀਂ ਕਿਤਾਬ ਜਾਂ ਕਿਤਾਬਚਾ ਜਾਂ ਚੰਗੀ ਖੇਤੀ ਪ੍ਰੋਗਰੈਸਿਵ ਫਾਰਮਿੰਗ ਜਿਹੜੀ ਆ ਉਹ ਸਟਾਰਟ ਕੀਤੀ ਹੋਈ ਹੈ ਸੋ ਡਾਕਟਰ ਸਾਹਿਬ ਗੱਲ ਜਦੋਂ ਕਰੀਏ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਫਲ ਕਿਸਾਨ ਨੇ ਔਰ ਚੰਗਾ ਕੰਮ ਕਰ ਰਹੇ ਨੇ ਜਿਹੜੇ ਪਾਣੀ ਦੇ ਡਿੱਗਦੇ ਪੱਧਰ ਨੂੰ ਵੀ ਰੋਕ ਰਹੇ ਨੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਵੀ ਸਾਂਭ ਰਹੇ ਨੇ ਅਤੇ ਆਪਣੇ ਆਪਣੇ ਪਿੰਡ ਦੇ ਵਿੱਚ ਇੱਕ ਰੋਲ ਮਾਡਲ ਦਾ ਕੰਮ ਕਰ ਰਹੇ ਨੇ ਕਿ ਉਹਨਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਅਗਾਂਹ ਵਧੂ ਕਿਸਾਨਾਂ ਨੂੰ ਲੋਕਾਂ ਵਾਸਤੇ ਇੱਕ ਰੋਲ ਮਾਡਲ ਬਣਾਉਣ ਵਾਸਤੇ ਕੋਈ ਉਹਨਾਂ ਨੂੰ ਸਨਮਾਨਿਤ ਵੀ ਆਪਣੀ ਯੂਨੀਵਰਸਿਟੀ ਕਰਦੀ ਆ ਜਾਂ ਕੋਈ ਉਹੋ ਜਿਹਾ ਉਹਨਾਂ ਦੇ ਲੈਕਚਰ ਦਵਾਉਂਦੀ ਆ ਕੋਈ ਇਹਦੇ ਬਾਰੇ ਜ਼ਰੂਰ ਸਾਡੇ ਕਿਸਾਨ ਭਰਾਵਾਂ ਨੂੰ ਦੱਸੋ ਜਿਹਦੇ ਨਾਲ ਸਾਡੇ ਭਰਾਵਾਂ ਨੂੰ ਲੱਗੇ ਕਿ ਜੇ ਮੈਂ ਚੰਗਾ ਕੰਮ ਕਰੂੰਗਾ ਮੈਨੂੰ ਸਨਮਾਨਿਤ ਕੀਤਾ ਜਾਊਗਾ ਇਹਦੇ ਬਾਰੇ ਜ਼ਰੂਰ ਦੱਸੋ ਰਿਆੜ ਸਾਹਿਬ ਵੈਸੇ ਤਾਂ ਪੰਜਾਬ ਦੇ ਸਾਰੇ ਹੀ ਕਿਸਾਨ ਬੜੇ ਉੱਦਮੀ ਨੇ ਪਰ ਫਿਰ ਵੀ ਵਿਰਲੇ ਵਿਰਲੇ ਕੁਛ ਕਿਸਾਨ ਜ਼ਿਆਦਾ ਸਿਰ ਕੱਢ ਹੁੰਦੇ ਨੇ ਅਤੇ ਉਹ ਬਾਕੀਆਂ ਨਾਲ ਇੱਕ ਕਦਮ ਹਮੇਸ਼ਾ ਅੱਗੇ ਚੱਲਦੇ ਨੇ ਉਹਨਾਂ ਕਿਸਾਨਾਂ ਨੂੰ ਜਿੱਦਾਂ ਤੁਸੀਂ ਕਿਹਾ ਵੀ ਰੋਲ ਮਾਡਲ ਬਣਾਉਣ ਲਈ ਜਾਂ ਉਹਨਾਂ ਕਿਸਾਨਾਂ ਨੂੰ ਇੱਕ ਉਦਾਹਰਣ ਦੇ ਤੌਰ 'ਤੇ ਸਾਰੇ ਕਿਸਾਨਾਂ ਨੂੰ ਉਹਨਾਂ ਦੀਆਂ ਕਾਮਯਾਬੀਆਂ ਦੱਸਣ ਲਈ ਉਹਨਾਂ ਦੀਆਂ ਕਹਾਣੀਆਂ ਉਹਨਾਂ ਨੂੰ ਸੁਣਾਉਣ ਲਈ ਅਜਿਹੇ ਕਿਸਾਨਾਂ ਦੀ ਹਰ ਸਾਲ ਚੋਣ ਕਰਕੇ ਮੇਲੇ ਦੇ ਵਿੱਚ ਅਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ ਉਹਨਾਂ ਨੂੰ ਪੂਰਾ ਮਾਣ ਦਿੱਤਾ ਜਾਂਦਾ ਅਤੇ ਉਹਦੇ ਨਾਲ ਜਿਹੜਾ ਹੈਗਾ ਮੌਕੇ 'ਤੇ ਜਿਹੜੇ ਉੱਥੇ ਹੋਰ ਹਾਜ਼ਰ ਕਿਸਾਨ ਹੁੰਦੇ ਨੇ ਉਹ ਵੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਨੇ ਉਹਨਾਂ ਕਿਸਾਨਾਂ ਦੀਆਂ ਕਹਾਣੀਆਂ ਨੂੰ ਅਸੀਂ ਸਾਹਿਤ ਦੇ ਵਿੱਚ ਵੀ ਲੈ ਕੇ ਆਉਂਦੇ ਹਾਂ ਤਾਂ ਕਿ ਇਹ ਨਹੀਂ ਕਿ ਉੱਥੇ ਉਹਨਾਂ ਨੂੰ ਇੱਕ ਵਾਰੀ ਸਨਮਾਨ ਸਟੇਜ ਦੇ ਉੱਤੇ ਦਿੱਤਾ ਅਤੇ ਉਹ ਤੋਂ ਬਾਅਦ ਅਸੀਂ ਭੁੱਲ ਜਾਈਏ ਜਾਂ ਉਹਨਾਂ ਨੂੰ ਸਮਾਜ ਭੁੱਲ ਜਾਵੇ ਉਹ ਕਿਤਾਬਾਂ ਵੀ ਜਿਹੜੀਆਂ ਯੂਨੀਵਰਸਿਟੀ ਵਿੱਚ ਮਿਲ ਸਕਦੀਆਂ ਜਿਹੜੇ ਉਹਨੂੰ ਪਿਛਲੇ ਅਸੀਂ 5-7 ਸਾਲਾਂ ਦੇ ਵਿੱਚ ਸਨਮਾਨਿਤ ਕੀਤਾ ਤਾਂ ਕਿ ਉਹਨਾਂ ਨਾਲ ਜੁੜ ਕੇ ਕਿਸਾਨ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੋਰ ਵਧੀਆ ਤਰੀਕੇ ਨਾਲ ਹੋਰ ਵਿਗਿਆਨਿਕ ਤਰੀਕੇ ਨਾਲ ਖੇਤੀ ਕਰ ਸਕਣ ਅਤੇ ਆਪਣੇ ਆਪ ਨੂੰ ਅਤੇ ਸਮਾਜ ਨੂੰ ਹੋਰ ਖੁਸ਼ਹਾਲ ਕਰ ਸਕਣ ਸੋ ਡਾਕਟਰ ਸਾਹਿਬ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਪਾਣੀ ਦੇ ਪੱਧਰ ਦੀ ਅਤੇ ਫਸਲਾਂ ਦੇ ਰਹਿੰਦ ਖੂੰਹਦ ਦੀ ਅਤੇ ਮੈਂ ਇੱਥੇ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਨਾਲ ਤੁਸੀਂ ਇਹ ਜ਼ਰੂਰ ਸਾਂਝੀ ਕਰੋ ਕਿ ਫਸਲਾਂ ਦੀ ਰਹਿੰਦ ਖੂੰਹਦ ਜਿਹੜੀ ਹੈ ਉਹਦੇ ਬਾਰੇ ਕੋਈ ਵਿਸ਼ੇਸ਼ ਉੱਥੇ ਤੁਸੀਂ ਕੋਈ ਆਪਣੀ ਨੁਮਾਇਸ਼ ਜਿਹੜੀ ਆ ਇਸ ਮੇਲੇ ਦੇ ਵਿੱਚ ਜਾਂ ਪ੍ਰਕਾਸ਼ਿਤ ਕਰੋਗੇ ਸਾਰਾ ਕੁਛ ਮਸ਼ੀਨਰੀ ਇਹਦੇ ਬਾਰੇ ਜ਼ਰੂਰ ਦੱਸ ਦਿਓ ਰਿਆੜ ਸਾਹਿਬ ਬੜਾ ਹੀ ਭਖਮਾ ਇਹ ਮਸਲਾ ਬਹੁਤ ਵੱਡਾ ਮਸਲਾ ਹੈ ਇਹਦੇ ਬਾਰੇ ਬੜਾ ਕੁਛ ਅਖਬਾਰਾਂ ਦੇ ਵਿੱਚ ਟੈਲੀਵਿਜ਼ਨ ਦੇ ਵਿੱਚ ਇਕੱਲਾ ਪੰਜਾਬ ਜਾਂ ਹਿੰਦੁਸਤਾਨ ਨਹੀਂ ਦੁਨੀਆ ਭਰ ਦੇ ਵਿੱਚ ਗੱਲਾਂ ਕੀਤੀਆਂ ਜਾਂਦੀਆਂ ਕਿ ਇੱਥੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਫੂਕ ਕੇ ਖਾਸ ਕਰਕੇ ਝੋਨੇ ਦੀ ਪਰਾਲੀ ਨੂੰ ਫੂਕ ਕੇ ਪ੍ਰਦੂਸ਼ਣ ਬਹੁਤ ਹੋ ਰਿਹਾ ਪਰ ਮੈਨੂੰ ਵੀ ਦੱਸ ਕੇ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਐਸੀ ਯੂਨੀਵਰਸਿਟੀ ਹੈ ਹਿੰਦੁਸਤਾਨ ਦੀ ਜਿਹਨੇ ਫਸਲਾਂ ਦੇ ਰਹਿੰਦ ਖੂੰਹਦ ਨੂੰ ਬਿਨਾਂ ਸਾੜੇ ਉਹਨਾਂ ਦਾ ਇੰਤਜ਼ਾਮ ਕਰਨ ਲਈ ਹਰ ਤਰ੍ਹਾਂ ਦੀਆਂ ਤਕਨੀਕਾਂ ਜਿਹੜੀਆਂ ਹੈਗੀਆਂ ਕੱਢੀਆਂ ਨੇ ਹੁਣ ਆਉਣ ਵਾਲਾ ਸਮਾਂ ਝੋਨੇ ਦੀ ਵਾਢੀ ਹੋਣੀ ਆ ਤਾਂ ਕਿ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਚਾਹੇ ਕਿਸਾਨਾਂ ਨੇ ਉਹਦੇ 'ਚ ਸਮੇਂ ਸਿਰ ਕਣਕ ਬੀਜਣੀ ਹੈ ਚਾਹੇ ਆਲੂ ਮਟਰ ਜਾਂ ਕੋਈ ਹੋਰ ਫਸਲ ਬੀਜਣੀ ਆ ਤਾਂ ਉਹਦੇ ਲਈ ਵਿਸ਼ੇਸ਼ ਤੌਰ 'ਤੇ ਮਸ਼ੀਨਾਂ ਤਿਆਰ ਕੀਤੀਆਂ ਇਹਨਾਂ ਸਾਰੀਆਂ ਮਸ਼ੀਨਾਂ ਦੀ ਜਿਹੜੀ ਪ੍ਰਦਰਸ਼ਨੀ ਆ ਅਤੇ ਉਹਨਾਂ ਮਸ਼ੀਨਾਂ ਨੂੰ ਖੇਤਾਂ ਦੇ ਵਿੱਚ ਚਲਾ ਕੇ ਦਿਖਾਇਆ ਜਾਊਗਾ ਅਸੀਂ ਕਿਸਾਨਾਂ ਦੀ ਸਹੂਲਤ ਵਾਸਤੇ ਥੋੜ੍ਹਾ 1-1.5 ਕਿੱਲਾ ਝੋਨਾ ਅਗੇਤਾ ਲਾਉਂਦੇ ਹਾਂ ਤਾਂ ਕਿ ਉਸ ਪਰਾਲੀ ਦੇ ਵਿੱਚ ਕੰਬਾਈਨ ਨੂੰ ਵੱਢਣ ਤੋਂ ਬਾਅਦ ਉਹਨਾਂ ਨੂੰ ਮਸ਼ੀਨਾਂ ਚਲਾ ਕੇ ਦਿਖਾ ਸਕੀਏ ਅਤੇ ਉਹ ਮਸ਼ੀਨਾਂ ਦੇਖ ਕੇ ਵਿਗਿਆਨੀਆਂ ਦੇ ਨਾਲ ਇੰਜੀਨੀਅਰਾਂ ਦੇ ਨਾਲ ਗੱਲਬਾਤ ਕਰਕੇ ਉਹ ਪੂਰੀ ਜਾਣਕਾਰੀ ਲੈ ਸਕਦੇ ਆ ਤਾਂ ਕਿ ਇਸ ਸੀਜ਼ਨ ਦੇ ਵਿੱਚ ਅਸੀਂ ਪਰਾਲੀ ਨੂੰ ਬਿਨਾਂ ਲਾਏ ਅੱਗ ਆਪਣੀਆਂ ਅਗਲੀਆਂ ਫਸਲਾਂ ਬੀਜ ਸਕੀਏ ਅਤੇ ਪ੍ਰਦੂਸ਼ਣ ਨੂੰ ਨਾ ਹੋਣ ਦਈਏ ਸੋ ਬਹੁਤ ਹੀ ਵਧੀਆ ਟੌਪਿਕ ਅਤੇ ਕਿਸਾਨ ਭਰਾਵੋ ਤੁਸੀਂ ਗੱਲਬਾਤ ਸੁਣੀ ਹੈ ਕਿ ਕਿਸਾਨਾਂ ਦੀ ਸੇਵਾ ਵਿੱਚ ਕਿਸਾਨ ਮੇਲੇ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹਨਾਂ ਮੇਲਿਆਂ ਦਾ ਪੂਰਾ ਪੂਰਾ ਫਾਇਦਾ ਲਓਗੇ ਖੇਤੀ ਖਰਚੇ ਘਟਾ ਕੇ ਵੱਧ ਝਾੜ ਔਰ ਵੱਧ ਪੈਦਾਵਾਰ ਲੈ ਕੇ ਮੁਨਾਫਾ ਜਿਹੜਾ ਉਹ ਜ਼ਿਆਦਾ ਕਮਾਓਗੇ ਸੋ ਡਾਕਟਰ ਮਾਹਲ ਸਾਹਿਬ ਸਾਡੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ